ਸਥਾਨਕ ਸ਼ਹਿਰ ਦੀ ਅਹਿਮਦੀਆ ਮੁਸਲਿਮ ਮਸਜਿਦ ਰਾਮਾ ਮੰਡੀ ਵਿਖੇ ਜਮਾਤ ਅਹਿਮਦੀਆ ਵੱਲੋਂ 21 ਜੂਨ ਤੋਂ 28 ਜੂਨ ਤੱਕ 8 ਰੋਜ਼ਾ ਦਾ ਨੌਜਵਾਨ ਸੁਧਾਰੂ ਕੈਂਪ ਆਯੋਜਿਤ ਕੀਤਾ ਗਿਆ। ਇਸ ਚਾਲੂ ਕੈਂਪ ਵਿੱਚ ਬਠਿੰਡਾ, ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚੋਂ ਭਾਰੀ ਗਿਣਤੀ ਵਿੱਚ ਨੌਜਵਾਨ ਸ਼ਾਮਿਲ ਹੋਏ। ਇਸ ਕੈਂਪ ਦਾ ਮਕਸਦ ਹੈ, ਜਿਵੇਂ ਸਾਡੇ ਜਮਾਤ ਜਿਹੜੀ ਮਰਜ਼ੀ ਨੇ ਕਿਹਾ ਕਿ ਕੌਮਾਂ ਦੀ ਸਲਾਹ ਨੌਜਵਾਨਾਂ ਦੀ ਸਲਾਹ ਤੋਂ ਬਿਨਾਂ ਨਹੀਂ ਹੋ ਸਕਦੀ। ਜਦੋਂ ਤੱਕ ਨੌਜਵਾਨਾਂ ਦਾ ਸੁਧਾਰ ਨਹੀਂ ਹੋਏਗਾ ਉਦੋਂ ਤੱਕ ਕੌਮ ਦਾ ਸੁਧਾਰ ਨਹੀਂ ਹੋ ਸਕਦਾ। ਇਸੇ ਮਕਸਦ ਨੂੰ ਲੈ ਕੇ ਅਸੀਂ ਇਹ ਕੈਂਪ ਲਾਇਆ ਸੀ 8 ਦਿਨਾਂ ਦਾ, ਅਤੇ ਬੱਚਿਆਂ ਨੂੰ ਅੱਗੇ ਵਧਾਓ ਦੇ ਬਾਰੇ ਉਹਨਾਂ ਨੂੰ ਦੱਸਿਆ ਗਿਆ ਕਿਵੇਂ ਦੁਨੀਆਂ 'ਚ ਵਧਣਾ ਹੈ ਅਤੇ ਕਿਵੇਂ ਆਪਣੀ ਸੋਚ ਨੂੰ ਸਾਫ਼ ਅਤੇ ਪਵਿੱਤਰ ਕਰਨਾ। ਇਸੇ ਮਕਸਦ ਨੂੰ ਲੈ ਕੇ ਅਸੀਂ ਇਹ ਕੈਂਪ ਲਾ ਰਹੇ ਹਾਂ। ਅਤੇ ਜੇ ਅਸੀਂ ਸਾਰੇ, ਚਾਹੇ ਹਿੰਦੂ ਹੋਈਏ ਜਾਂ ਮੁਸਲਮਾਨ, ਸਿੱਖ, ਈਸਾਈ, ਅਗਰ ਆਪਣੇ ਮਜ਼ਹਬ ਦੀ ਜਿਹੜੀਆਂ ਸੱਚੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਅਸੀਂ ਅਮਲ ਕਰੀਏ ਤਾਂ ਦੁਨੀਆ 'ਤੇ ਅੱਜ ਅਮਨ ਔਰ ਸ਼ਾਂਤੀ ਪੈਦਾ ਹੋ ਸਕਦੀ ਹੈ। ਅਸੀਂ ਸਾਰੇ ਬੱਚਿਆਂ ਨੇ ਨਮਾਜ਼ ਤੱਕ ਤਿਲਾਵਤ, ਤਕਰੀਰ, ਕੁਸ਼ਚਨ ਸਾਰਿਆਂ 'ਤੇ ਪ੍ਰਗਟ ਕੀਤਾ ਅਤੇ ਅਸੀਂ ਸਾਰਿਆਂ ਨੇ ਬੱਚਿਆਂ ਨੇ ਪ੍ਰਾਈਜ਼ ਪ੍ਰਾਪਤ ਕੀਤੇ। ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲਹਿਰੀ ਦੀ ਰਿਪੋਰਟ, ਚੈਨਲ 2।